गुरदासपुर जिला के गांव जादपुर सेखनों में उस समय सनसनी फैल गई जब तांत्रिक कंवर शमशेर सिंह की खून से लथपथ लाश उसके कमरे में देखी गई। गांववासी का कहना है कि मृतक तंत्र विद्या से लोगों का इलाज करता था और घर का खर्चा चलाता था। गांव वालों को जैसे ही कत्ल का पता चला तो तुरंत पुलिस को सूचित किया गया। हैरानी की बात यह है कि जो तांत्रिक अपनी आंखों से देख नहीं सकता तो वह किसी का क्या इलाज करेगा। मृत की पत्नी का कहना है कि उनका पति तांत्रिक है और वह जब तंत्र विद्या से किसी का कोई इलाज करते थे तब उसको उसके पास जाने की अनुमति नहीं थी। बीती शाम तीन लोग उनके पति से तंत्र विद्या के साथ अपना कोई काम करवाने आए तो उनके पति ने हिदायत दी कि ऊपर मत आना। वह खाना खाकर सो गई तो सुबह देखा कि उनका पति अपने कमरे में मृत पड़ा है और उसकी लाश खून से सनी हुई है। पिंड साढ़े दे विच कोई इहो जिही गल्लबात नहीं है। पिछों मतलब कीना जी दे जदों साढ़े पिंड नानका का पिंड आया वा ते इह उदों बचपन तों ही अखां दे विच इहनां दे पता लगा सानूं कि तेजाब पाया गया वा ते उदों बाद इहदे मतलब कुछ वी इहनूं प्रेशर हुंदी सी ते साढ़े पिंड च इहनूं जगह लै के मकान पाए आ ते शादी वी इहदी मतलब इहदी मतलब साढ़े पिंड इत्थे इत्थे होई है। इह जो वी इहदा मतलब जां कुछ तंत्र विद्या कोई प्रेशर नाल किसे तरहां वी अपना ਟਾਈਮ ਪਾਸ ਗੁਜ਼ਾਰਾ ਕਰਦਾ ਸੀ। ਬਾਬੇ ਦਾ ਕੰਮ ਉਹ ਕਰਦੇ ਜਿਹੜਾ ਕਰਦੇ ਹੁੰਦੇ ਬਾਬੇ ਹੱਥ ਹੁੱਥ ਵੇਖਣ ਦਾ ਉਹ ਕੰਮ ਕਰਦੇ ਸੀ। ਮੁੰਡੇ ਮੰਡੇ ਆਉਂਦੇ ਸੀ। ਆਪਾਂ ਤਾਂ ਕਦੀ ਆਹ ਗੱਲ ਹੀ ਨਹੀਂ ਸੋਚੀ ਵੀ ਇਹੋ ਜਿਹੀ ਗੱਲ ਵੀ ਕਦੀ ਹੋ ਜੂਗੀ। ਇਹ ਵੀ ਦੁਸ਼ਮਣੀ ਦਸ਼ਮਣੀ ਤਾਂ ਬਥੇਰੀ ਇਹਦੀ ਮਤਲਬ ਬੋਲੀ ਥੋੜ੍ਹੀ ਕੜਵੀ ਸੀ ਉਹਦਾ ਕਰਕੇ ਮੁੰਡਿਆਂ ਮੰਡਿਆਂ ਦੇ ਨਾਲ ਹੈਗੀ ਸੀ ਪਰ ਇਸ ਗੱਲ ਦਾ ਨਹੀਂ ਪਤਾ ਵੀ ਮਤਲਬ ਇੱਥੋਂ ਤੱਕ ਆ ਵੀ ਗੱਲ ਪਹੁੰਚ ਜੂਗੀ। ਕੱਲ੍ਹ 3 ਵਜੇ ਪਹਿਲਾਂ ਮੁੰਡੇ ਆਏ ਉਦੋਂ ਚਾਹ ਪੀ ਕੇ ਚੱਲ ਗਏ ਆ। ਮੁੜ ਕੇ ਫਿਰ ਦੁਬਾਰਾ 6 ਵਜੇ ਆਏ ਇਹਨਾਂ ਦੇ ਨਾਲ ਹੀ ਉੱਪਰ ਚੱਲ ਗਏ। ਉੱਪਰ ਜਾ ਕੇ ਮੈਨੂੰ ਕਹਿ ਕੇ ਕਹਿੰਦੇ ਕੰਮ ਅਸੀਂ ਉੱਤੇ ਮੈਂ ਉਹਨਾਂ ਮੁੰਡਿਆਂ ਦਾ ਕੰਮ ਕਰ ਲੱਗਾ ਵਾਂ ਕੋਈ ਤਾਂ ਤੂੰ ਮੇਰੇ ਮਗਰ ਨਹੀਂ ਆਉਣਾ। ਮੈਂ ਨਹੀਂ ਮਗਰ ਗਈ ਅਤੇ ਸਵੇਰੇ ਉੱਠ ਕੇ ਵੇਖਿਆ 8:30 ਦਾ ਟਾਈਮ ਆ ਗੇਟ ਬੰਦ ਕਰ ਲਿਆ। ਉਹਨਾਂ ਆਵਾਜ਼ ਦਿੱਤੀ ਭਾਬੀ ਜੀ ਗੇਟ ਬੰਦ ਕਰ ਲਓ। ਮੈਂ ਗੇਟ ਬੰਦ ਕਰ ਲਿਆ। ਮੈਂ ਲੰਮੇ ਪੈ ਗਈ ਗੇਟ ਬੰਦ ਕਰਕੇ। ਮੈਂ ਨਹੀਂ ਵੇਖਿਆ ਮੁੜ ਕੇ। ਮੈਂ ਤਾਂ ਸਵੇਰੇ ਜਦੋਂ ਬੱਚਿਆਂ ਦੀ ਉੱਪਰ ਜਰਾਬਾਂ ਲੈਣ ਗਈ ਆ ਸਕੂਲ ਭੇਜਣ ਲੱਗੀ ਮੈਂ ਉਦੋਂ ਵੇਖਿਆ ਜਾ ਕੇ। ਫਿਰ ਮੈਂ ਗਵਾਂਢੀਆਂ ਦੇ ਘਰ ਗਈ ਭੱਜ ਕੇ ਫਿਰ ਪਤਾ ਲੱਗਾ ਸਾਰੇ। SHO ਨੂੰ ਥਾਣਾ ਤਲਾਹ ਮਿਲਣ 'ਤੇ ਉੱਥੇ ਜਿਹੜਾ ਬੰਦਾ ਹੈ ਕੰਵਰ ਸ਼ਮਸ਼ੇਰ ਸਿੰਘ ਆਪਣੇ ਚੁਬਾਰੇ ਦੇ ਵਿੱਚ ਮਰਿਆ ਪਿਆ ਅਤੇ ਕੁੰਦ ਆਲਾਂ ਦੀਆਂ ਸੱਟਾਂ ਨੇ। ਇਹਦੇ ਬਾਰੇ ਮੌਕੇ 'ਤੇ ਪੁੱਜੇ ਹਾਂ ਅਤੇ ਤਫਤੀਸ਼ ਕੀਤੀ ਜਾ ਰਹੀ ਹੈ। ਪਰਚਾ 302 ਦਾ ਦਰਜ ਕਰ ਲਿਆ ਗਿਆ। ਕੁਝ ਨਿਰੀਕਸ਼ਣ ਕਰਨ 'ਤੇ ਪਾਇਆ ਗਿਆ ਕਿ ਇਹਨੂੰ ਉੱਪਰ ਚੜ ਕੇ ਸੁੱਤੇ ਪਏ ਨੂੰ ਸਿਰ ਦੇ ਵਿੱਚ ਡੰਡਿਆਂ ਦੀ ਚੋਟਾ ਵਾਰੀ ਗਈ ਆ ਅਤੇ ਉਹਦੀ ਬਹੁਤ ਹੋਈ ਆ। ਬਾਕੀ ਡੰਗਾਈ ਨਾਲ ਇਹਦੀ ਤਫਤੀਸ਼ ਕੀਤੀ ਜਾਏਗੀ। ਹਾਲੇ ਇਹਦੇ ਵਿੱਚ ਇੰਨੀ ਕੁ ਗੱਲ ਸਾਹਮਣੇ ਆਈ ਆ ਸ਼ੁਰੂਆਤੀ ਨਜ਼ਰ ਦੇ ਵਿੱਚ ਕਿ ਇਹ ਪੁੱਛਾਂ ਦੇਣ ਵਾਲਾ ਬੰਦਾ ਸੀਗਾ ਅਤੇ ਪੁਰਾਣਾ ਰਿਕਾਰਡ ਵੀ ਇਹਦਾ ਜਿਹੜਾ ਅੱਤਵਾਦ ਨਾਲ ਸੰਬੰਧਿਤ ਸੀਗਾ ਉਹ ਦੇਖ ਲਿਆ ਜਾਏਗਾ। ਇਸ ਤੋਂ ਇਲਾਵਾ ਅੱਖੋਂ ਇਹ ਅੱਲਾ ਸੀ, ਦਿਖਦਾ ਨਹੀਂ ਸੀ। ਸੰਨ 90 ਤੋਂ ਇਹ 25 ਸਾਲ ਪਹਿਲੇ ਅੰਨਾ ਹੋ ਚੁੱਕਾ ਸੀ ਤੇਜ਼ਾਬ ਨਾਲ।